ਹਾਂਜੀ ਸਟੂਡੈਂਟਸ ਇਸ ਵੀਡੀਓ ਦੇ ਵਿੱਚ ਮੈਂ ਜਮਾਤ 12ਵੀਂ ਦਾ ਵਿਸ਼ਾ ਪੰਜਾਬੀ ਲਾਜ਼ਮੀ ਦਾ ਜਿਹੜਾ ਕੀ 12 ਨਵੰਬਰ ਨੂੰ ਪੈਸਟ ਟੈਸਟ ਹੋਇਆ ਉਸਦੇ ਆਨਸਰਸ ਤੁਹਾਨੂੰ ਜਿਹੜੇ ਕੀ ਇਸ ਵੀਡੀਓ ਦੇ ਵਿੱਚ ਮੈਂ ਦੱਸ ਰਹੀ ਹਾਂ ਤੇ ਆਈ ਹੋਪ ਸਟੂਡੈਂਟਸ ਤੁਸੀਂ ਜਿਹੜਾ ਕੀ ਪੰਜਾਬੀ ਲਾਜ਼ਮੀ ਦਾ ਪੈਸਟ ਟੈਸਟ ਵਧੀਆ ਕੀਤਾ ਹੋਵੇਗਾ ਤੇ ਮੈਂ ਤੁਹਾਨੂੰ ਜਿਹੜੇ ਕੀ ਇਸ ਵੀਡੀਓ ਦੇ ਵਿੱਚ ਇਸ ਪੈਸਟ ਟੈਸਟ ਦੇ ਆਨਸਰਸ ਦੱਸ ਰਹੀ ਹਾਂ ਤਾਂ ਕਿ ਤੁਸੀਂ ਜਾਣ ਸਕੋ ਜਿਹੜੇ ਕੀ ਤੁਸੀਂ ਕਿੰਨੇ ਕੁਐਸਚਨਾਂ ਜਿਹੜੇ ਕੀ ਕਰੈਕਟ ਕੀਤੇ ਸੀ ਹਾਂਜੀ ਫਰਸਟ ਕੁਐਸਚਨ ਪੰਜਾਬ ਦੇ ਲੋਕ ਕਿਤੇ ਅਤੇ ਲੋਕ ਕਲਾਮਾਂ ਦਾ ਲੇਖਕ ਕੌਣ ਹੈ ਤਾਂ ਇਹਦਾ ਕਰੈਕਟ ਅਨਸਰ ਸਸਾ ਕਿਰਪਾਲ ਕਜਾਕ ਪੰਜਾਬ ਦੇ ਲੋਕ ਕਿਤੇ ਤੇ ਲੋਕ ਕਲਾਮਾਂ ਦਾ ਲੇਖਕ ਕਿਰਪਾਲ ਕਜਾਕ ਹੈ ਸੈਕੰਡ ਕੁਐਸਚਨ ਕਿਸੇ ਜਾਤੀ ਦੀ ਸੰਸਕ੍ਰਿਤਿਕ ਅਨੁਹਾਰ ਕਿਸ ਚੀਜ਼ ਤੋਂ ਪ੍ਰਤੀਬਿੰਬਿਤ ਹੁੰਦੀ ਹੈ ਤਾਂ ਇਸ ਪ੍ਰਸ਼ਨ ਦਾ ਸਹੀ ਉੱਤਰ ਹੈ ਸਟੂਡੈਂਟਸ ਮੇਲੇ ਅਤੇ ਤਿਹਾਰਾਂ ਵਿੱਚੋਂ ਈਡੀ ਚੈੱਕ ਇਨ ਪ੍ਰਸ਼ਨ ਦਾ ਸਹੀ ਉੱਤਰ ਈਡੀ ਮੇਲੇ ਤੇ ਤਿਹਾਰਾਂ ਵਿੱਚੋਂ ਕਿਸੇ ਜਾਤੀ ਦੇ ਸੱਭਿਆਚਾਰਕ ਅਨੁਹਾਰ ਪੱਤੀਬਿੰਬਿਤ ਹੁੰਦੀ ਹੈ ਨੈਕਸਟ ਕੁਐਸਚਨ ਨੰਬਰ 3 ਵਿਆਹ ਦੇ ਹਰ ਕੰਮ ਨੂੰ ਕਰਨ ਲਈ ਕਿੰਨੀਆਂ ਸੁਹਾਗਣਾ ਇਕੱਠੀਆਂ ਹੁੰਦੀਆਂ ਹਨ ਤਾਂ ਵਿਆਹ ਦੇ ਹਰ ਕੰਮ ਨੂੰ ਕਰਨ ਦੇ ਲਈ ਜਿਹੜੇ ਕੀ ਸੱਤ ਸੁਹਾਗਣਾ ਇਕੱਠੀਆਂ ਹੁੰਦੀਆਂ ਹਨ ਇਸ ਦਾ ਸਹੀ ਉੱਤਰ ਹੈ ਈ ਡੀ 7 ਨੈਕਸਟ ਕੁਐਸਚਨ ਨੰਬਰ 4 ਖੇਡਨਾ ਮਨੁੱਖ ਦੀ ਡੈਸ਼ ਪ੍ਰਵਿਰਤੀ ਹੈ ਤਾਂ ਇਹਦਾ ਸਹੀ ਉੱਤਰ ਹੈ ਊੜਾ ਮੂਲ ਖੇਡਨਾ ਮਨੁੱਖ ਦੀ ਮੂਲ ਪ੍ਰਵਿਰਤੀ ਹੈ ਨੈਕਸਟ ਕੁਐਸਚਨ ਨੰਬਰ 5 ਪੰਜਾਬ ਦੀਆਂ ਬਹੁਤੀਆਂ ਲੋਕ ਕਲਾਵਾਂ ਦਾ ਸਿਰਜਕ ਕੌਣ ਹੈ ਤਾਂ ਇਹਦਾ ਸਹੀ ਉੱਤਰ ਹੈ ਇਸਤਰੀਆਂ ਊੜਾ ਪੰਜਾਬ ਦੀਆਂ ਬਹੁਤਿਆਂ ਲੋਕ ਕਲਾਵਾਂ ਦਾ ਸਿਰਜਕ ਇਸਤਰੀਆਂ ਹਨ। ਨੈਕਸਟ ਕੁਐਸਚਨ ਨੰਬਰ 6th ਇਸਤਰੀ ਲੋਕ ਨਾਚ ਕਿਹੜਾ ਹੈ? ਤਾਂ ਇਹਦਾ ਸਹੀ ਉੱਤਰ ਆ ਸ ਗਿੱਧਾ, ਸਮਮੀ, ਕਿਕਲੀ ਇਹ ਜਿਹੜੇ ਕਿ ਇਸਤਰੀ ਲੋਕ ਨਾਚ ਨੇ। ਨੈਕਸਟ ਕੁਐਸਚਨ ਨੰਬਰ 7 ਸਾਂਝ ਕਹਾਣੀ ਕਿਸ ਦੀ ਲਿਖੀ ਹੋਈ ਹੈ? ਤਾਂ ਸਟੂਡੈਂਟਸ ਇਸ ਦਾ ਸਹੀ ਉੱਤਰ ਆ ਈਡੀ ਪ੍ਰਿੰਸੀਪਲ ਸੁਜਾਨ ਸਿੰਘ। ਸਾਂਝ ਕਹਾਣੀ ਹੈ ਜਿਹੜੀ ਕਿ ਪ੍ਰਿੰਸੀਪਲ ਸੁਝਾਨ ਸਿੰਘ ਦੀ ਲਿਖੀ ਹੋਈ ਹੈ। ਨੈਕਸਟ ਕੁਐਸਚਨ ਨੰਬਰ 8 ਨੀਲੀ ਦੀ ਬੱਚੀ ਕਿਹੋ ਜਹੀ ਸੀ? ਤੈਦਾ ਸਹੀ ਉੱਤਰ ਆ ਸਟੂਡੈਂਟਸ ਈਡੀ ਗੋਰੀ ਚਿੱਟੀ ਨੀਲੀ ਦੀ ਬੱਚੀ ਗੋਰੀ ਚਿੱਟੀ ਸੀ। ਨੈਕਸਟ ਕੁਐਸਚਨ ਨੰਬਰ 9 ਨਿਰੰਜਨ ਸਿੰਘ ਆਪਣੇ ਪੁੱਤਰਾਂ ਸਮੇਤ ਕਿਹੜੇ ਦੇਸ਼ ਵਿੱਚ ਰਹਿ ਰਿਹਾ ਹੈ? ਤਾਂ ਨਿਰੰਜਨ ਜਿਹੜੇ ਕਿ ਆਪਣੇ ਪੁੱਤਰਾਂ ਸਮੇਤ ਕੈਨੇਡਾ ਐਡਾ ਉੱਤਰ ਹੈ ਦਾ ਨੌਵੇਂ ਪ੍ਰਸ਼ਨ ਦਾ ਸਹੀ ਉੱਤਰ ਐਡਾ ਕੈਨੇਡਾ ਨੈਕਸਟ ਕੁਐਸਚਨ ਨੰਬਰ 10 ਮਾੜਾ ਬੰਦਾ ਕਹਾਣੀ ਅਨੁਸਾਰ ਰਿਕਸ਼ੇ ਵਾਲਾ ਕਿੰਨੇ ਰੁਪਏ ਮੰਗ ਰਿਹਾ ਸੀ ਤਾਂ ਮਾੜਾ ਬੰਦਾ ਕਹਾਣੀ ਅਨੁਸਾਰ ਜਿਹੜੇ ਕਿ ਰਿਕਸ਼ੇ ਵਾਲਾ 3 ਰੁਪਏ ਮੰਗ ਰਿਹਾ ਸੀ ਐਡਾ ਉੱਤਰ ਸਹੀ 10ਵੇਂ ਪ੍ਰਸ਼ਨ ਦਾ ਸਹੀ ਉੱਤਰ ਐਡਾ 3 ਰੁਪਏ ਨੈਕਸਟ ਕੁਐਸਚਨ ਨੰਬਰ 11 ਟੁਕੜੇ ਜੱਗ ਤੋਂ ਨਿਆਰੀ ਕਪਤਾਨਸਾਰ ਖੁਸ਼ੀਆਂ ਨੇ ਕਿਸ ਥਾਂ ਸ਼ੈਬਰ ਲਾਈ ਹੋਈ ਹੈ ਤੇਦਾ ਸਹੀ ਉੱਤਰ ਹੈ ਅੜਾ ਕਸ਼ਮੀਰ ਕਸ਼ਮੀਰ ਵਿੱਚ ਟੁਕੜੇ ਜੱਗ ਤੋਂ ਨਿਆਰੀ ਕਪਤਾਨਸਾਰ ਖੁਸ਼ੀਆਂ ਨੇ ਕਸ਼ਮੀਰ ਵਿੱਚ ਸ਼ੈਬਰ ਲਾਈ ਹੋਈ ਹੈ ਨੈਕਸਟ ਕੁਐਸਚਨ ਨੰਬਰ 12 ਆਪਣੀ ਪਾਠ ਪੁਸਤਕ ਵਿੱਚ ਦਰਜ ਪ੍ਰੋਫੈਸਰ ਪੂਰਨ ਸਿੰਘ ਦੀ ਕਪਤਾ ਦਾ ਨਾਮ ਲਿਖੋ ਤਾਂ ਪ੍ਰੋਫੈਸਰ ਪੂਰਨ ਸਿੰਘ ਦੀ ਜਿਹੜੀ ਕਿ ਕਪਤਾ ਇਹਦਾ ਸਹੀ ਉੱਤਰ ਆ ਸਸਾ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਪੁਰਾਣੇ ਪੰਜਾਬ ਨੂੰ ਆਵਾਜ਼ਾਂ ਨੈਕਸਟ ਕੁਐਸਚਨ ਨੰਬਰ 13 ਚੁਮਚਮ ਰੱਖੋ ਕਪਤਾ ਅਨਸਾਰ ਜੋੜਾ ਕਿਸ ਕੋਲ ਜਾ ਵਸਿਆ ਤਾਂ ਇਹਦਾ ਸਹੀ ਉੱਤਰ ਆ ਐੜਾ ਦਾਦੇ ਕੋਲ ਚੁਮਚਮ ਰੱਖੋ ਕਲਗੀ ਜੁਝਾਰ ਦੀ ਇਸ ਕਪਤਾ ਦੇ ਵਿੱਚ ਜਿਹੜੇ ਕੀ ਜੋੜਾ ਦਾਦੇ ਕੋਲ ਜਾ ਵਸਿਆ ਨੈਕਸਟ ਕੁਐਸਚਨ ਨੰਬਰ 14 ਅਮ੍ਰਿਤਾ ਪ੍ਰੀਤਮ ਦੀ ਕਪਤਾ ਵਾਰਸ਼ਾ ਵਿੱਚ ਕਿਹੜੇ ਸਾਲ ਦਾ ਦੁਖਾਂਤਿਕ ਚਿੱਤਰਣ ਹੋਇਆ ਹੈ ਤੇ ਇਹਦਾ ਸਹੀ ਉੱਤਰ ਆ ਸ 1947 ਨੈਕਸਟ ਕੁਐਸਚਨ ਨੰਬਰ 15 ਵੰਤਰ ਦੇ ਆਧਾਰ ਵਾਕ ਦੀਆਂ ਕਿੰਨੀਆਂ ਕਿਸਮਾਂ ਹੁੰਦੀਆਂ ਹਨ ਤਾਂ ਵੰਤਰ ਦੇ ਆਧਾਰ ਤੇ ਜਿਹੜੀ ਕਿ ਵਾਕ ਦੀਆਂ ਕਿਸਮਾਂ ਤਿੰਨ ਹੁੰਦੀਆਂ ਹਨ ਈਡੀ ਸਹੀ ਉੱਤਰ ਹੈ ਦਾ 15ਵੇਂ ਪ੍ਰਸ਼ਨ ਦਾ ਸਹੀ ਉੱਤਰ ਈਡੀ ਨੈਕਸਟ ਕੁਐਸਚਨ ਨੰਬਰ 16 ਵੇਲੇ ਦੀ ਨਮਾਜ਼ ਕੁਵੇਲੇ ਦੀਆਂ ਟੱਕਰਾਂ ਤੋਂ ਕੀ ਭਾਵ ਹੈ ਤੇਰਾ ਸਹੀ ਉੱਤਰ ਹੈ ਸ ਜੋਗ ਸਮਾਂ ਵਿਤਣ ਮਗਰੋਂ ਕੰਮ ਠੀਕ ਨਹੀਂ ਹੁੰਦਾ। ਵੇਲੇ ਦੀ ਨਮਾਜ਼ ਕਵੇਲੇ ਦੀਆਂ ਟੱਕਰਾਂ ਤੋਂ ਭਾਜ ਜੋਗ ਸਮਾਂ ਵਿਤਣ ਮਗਰੋਂ ਕੰਮ ਠੀਕ ਨਹੀਂ ਹੁੰਦਾ। ਨੈਕਸਟ ਕੁਐਸਚਨ ਨੰਬਰ 17 ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਡੈਸ਼ ਅਖਾਂ ਪੂਰਾ ਕਰਨ ਲਈ ਟੁਕਮਾ ਪੂਰਕ ਚੁਣੋ। ਤਾਂ ਇਹਦਾ ਸਹੀ ਉੱਤਰ ਆ ਉਹ ਸ਼ਹਿਰ ਵੱਲ ਭੱਜਦਾ ਹੈ। ਗਿੱਦੜ ਦੀ ਮੌਤ ਆਉਂਦੀ ਹੈ ਤਾਂ ਉਹ ਸ਼ਹਿਰ ਵੱਲ ਭੱਜਦਾ ਹੈ ਸਸਾ ਉੱਤਰ ਸਹੀ ਨੈਕਸਟ ਕੁਐਸਚਨ ਨੰਬਰ 18 ਵਾਹ ਰੱਬ ਦੇ ਰੰਗਾਂ ਨੂੰ ਕੌਣ ਜਾਣੇ ਇਸ ਵਾਕ ਦੀ ਕਿਸਮ ਦੱਸੋ ਤਾਂ ਸਟੂਡੈਂਟਸ ਇਸ ਵਾਕ ਦੀ ਜਿਹੜੀ ਕੀ ਕਿਸਮ ਹੈ ਇਹਦਾ ਸਹੀ ਉੱਤਰ ਹੈ ਅੜਾ ਵਿਸਮੇਵਾਚਕ ਵਾਕ ਵਿਸਮੇਵਾਚਕ ਜਿਹੜੇ ਕੀ ਵਾਕ ਉਹ ਹੁੰਦੇ ਨੇ ਜਿਨ੍ਹਾਂ ਵਾਕਾਂ ਵਿੱਚੋਂ ਜਿਹੜਾ ਕੀ ਮਨ ਦੀ ਖੁਸ਼ੀ ਗਮੀ ਹੈਰਾਨੀ ਜਾਂ ਵਿਸਮੇ ਪਾ ਪ੍ਰਗਟ ਹੋਵੇ ਉਹਨਾਂ ਨੂੰ ਵਿਸਮੇ ਵਾਚਕ ਜਿਹੜੇ ਕੀ ਵਾਕ ਆਖਿਆ ਜਾਂਦਾ ਤਿੰਨਾ ਵਾਕਾਂ ਦੇ ਦੇ ਵਿੱਚ ਆ ਜਿਹੜੇ ਕੀ ਵਿਸਮੇ ਚਿੰਨ ਵਿਸਮਿਕ ਚਿੰਨ ਇਹ ਵਾਲਾ ਇਸ ਦੇ ਜਿਹੜੇ ਕੀ ਵਰਤੋਂ ਹੁੰਦੀ ਹੈ ਤਾਂ ਇਹ ਕਿਹੜਾ ਵਾਕ ਹੋ ਗਿਆ ਹੁਣ ਵਿਸਮੇ ਵਾਚਕ ਵਾਕ ਨੈਕਸਟ ਕੁਐਸਚਨ ਨੰਬਰ 19 ਮੁਸਲਿਮ ਮਰਤਕ ਦੇ ਲਈ ਕਿਹੜੀ ਰਸਮ ਕਰਦੇ ਹਨ ਤਾਂ ਇਹਦਾ ਸਹੀ ਉੱਤਰ ਆ ਉੜਾ ਦਫਨਾਉਂਦੇ ਮੁਸਲਿਮ ਮਰਤਕ ਦੇ ਲਈ ਜਿਹੜੇ ਕਿ ਦਫਨਾਉਣ ਦੀ ਰਸਮ ਕਰਦੇ ਹਨ ਨੈਕਸਟ ਕੁਐਸਚਨ ਨੰਬਰ 20 ਉੱਕੜ ਦੁੱਕੜ ਪੰਬਾ ਪੋ ਡੈਸ਼ 90 ਪੂਰਾ 100 ਤਾਂ ਇਹਦਾ ਸਹੀ ਉੱਤਰ ਆ ਈੜੀ 80 ਉੱਕੜ ਦੁੱਕੜ ਪੰਬਾ ਪੋ 80 90 ਪੂਰਾ 100 ਸਦਾ ਸਹਿਯੋਗਤ ਰਾਗੇ ਈਡੀ ਹਾਂਜੀ ਸਟੂਡੈਂਟਸ ਇਹ ਸੀ ਤੁਹਾਡੇ ਜਿਹੜੇ ਕੀ ਪਾਸ ਟੈਸਟ ਦੇ ਆਨਸਰਸ ਆਈ ਹੋਪ ਤੁਸੀਂ ਵੀਡੀਓ ਨੂੰ ਲਾਈਕ ਕਰੋਗੇ ਤੇ ਵੱਧ ਤੋਂ ਵੱਧ ਸ਼ੇਅਰ ਕਰੋਗੇ ਥੈਂਕਸ